ਹੋਰ ਹੱਥਾਂ ਆਦੇ ਖੱਤ ਬਣੇ ਆਪਣੇ ਸੁਰਜੀਤ ਸਿੰਘ ਆਪਣੇ 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 ਸੁਰਜੀਤ ਜੀ ਨੇ ਇੱਧਰ ਹੋਈ ਇੱਧਰ ਆ ਲੇਡੀ ਆ ਇੱਧਰ ਮੁੰਡੇ ਪਰ ਇੱਧਰ ਆਪਣੇ ਆਪਣੇ ਉਹ ਹੈਲੋ ਆਹਦੇ ਸੁਰਜੀਤ ਆਹਦੇ ਸੁਰਜੀਤ ਸਿੰਘ ਨੇ ਉਹਦੀ ਹੋ ਯਾਰ ਤੂੰ ਆ ਲੇਡੀਜ਼ ਖੜੇ ਨੇ ਆ ਵੀ ਲੇਡੀਜ਼ ਖੜੀ ਹੈ ਆ ਆ ਸੁਰਜੀਤ ਸਿੰਘ ਜੀ ਨੇ ਆਪਣੇ ਸੁਰਜੀਤ ਸਿੰਘ ਜੀ ਨੇ ਆਏ ਨੇ ਠੀਕ ਹੈ ਜੀ ਆ ਗਏ ਨੇ ਇਹਨਾਂ ਨੇ ਜਈ ਦੇ ਆਹ ਦੇਖੋ ਹੱਥ ਚੱਕੇ ਇੱਥੇ ਬੈਠੇ ਆਹ ਦੇਖੋ ਤਿੰਨ ਜਨਾਨੀਆਂ ਬੈਠੀਆਂ ਨੇ ਆਹ ਸੁਰਜੀਤ ਸਿੰਘ ਜੀ ਨੇ ਤੇ ਆਪਣੇ ਆਹ ਕੀ ਨਾਮ ਪਤਾ ਨੀ ਆਹ ਸਿਵਲ ਵਰਦੀ ਚ ਆਏ ਨੇ ਇੱਕ ਆ ਗਏ ਨੇ ਆਹ ਦੇਖੋ ਲੇਡੀਜ਼ ਖੜੀ ਇਹਨਾਂ ਨੇ ਹੱਥ ਚੱਕਿਆ ਇਹਨਾਂ ਤੇ ਸੁਰਜੀਤ ਸਿੰਘ ਜੀ ਨੇ ਐਸ ਆਈ ਸੁਰਜੀਤ ਸਿੰਘ ਐਸ ਆਈ ਤਾਂ ਇੱਕ ਵਿਡਾਊ ਦੀ ਯੂਨੀਫਾਰਮ ਤੇ ਇੱਕ ਆਹ ਯੂਨੀਫਾਰਮ ਤੋਂ ਬਗੈਰ ਠੀਕ ਹੈ ਜੀ ਇਹ ਬੰਦਿਆਂ ਨੇ ਲੇਡੀਜ਼ ਤੇ ਹੱਥ ਚੱਕਿਆ ਜੀ ਉਹ ਉਹਨੂੰ ਬੁਲਾ ਰਿਹਾ ਲੈ ਆਪਣੇ MLA ਸਾਹਿਬ ਨੂੰ ਲੈ ਕੇ ਆਈ MLA ਸਾਹਿਬ ਦਾ ਘਰ ਹੋ ਰਿਹਾ ਤੇ ਇਹਨਾਂ ਨੇ ਆ ਕੇ ਸੁਰਜੀਤ ਸਿੰਘ ਐਸ ਆਈ ਨੇ ਹੱਥ ਚੱਕਿਆ ਆ ਕੇ ਲੇਡੀਜ਼ ਤੇ ਆ ਇਹਨਾਂ ਨੇ ਮੇਰੀ ਵਾਈਫ ਤੇ ਹੱਥ ਚੱਕਿਆ ਇਹਨਾਂ ਨੇ ਮੇਰੀ ਵਾਈਫ ਤੇ ਹੱਥ ਚੱਕਿਆ ਇਹ ਕਾ ਦੇਖੋ ਸੁਰਜੀਤ ਸਿੰਘ ਜੀ ਨੇ ਠੀਕ ਹੈ ਜੀ ਆ ਖੜੀ ਲੇਡੀਜ਼ ਨਹੀਂ ਤੁਮਨੇ ਦੇਖਾ ਉਸਕੋ ਛੇੜਤੇ ਆ ਚਲੋ ਕੋਈ ਗੱਲ ਨਹੀਂ ਆ ਰਹੀ ਆ ਦੇਖੋ MLA ਦੇ ਗੁਆਂਢੀ ਦੇ ਆ ਕੇ ਇਹਨਾਂ ਨੇ ਹੱਥ ਪਾਇਆ ਰਹੇ ਨੇ ਲੇਡੀਜ਼ ਨੂੰ ਆ ਰਿਹਾ ਜੀ ਕੌਣ ਆਪਣੇ ਹੱਥ ਮਾਰਨੇ ਕੋ ਚੱਕਰ ਨਹੀਂ ਆ ਰਹੀ ਸੁਰਜੀਤ ਸਿੰਘ ਐਸ ਆਈ ਠੀਕ ਹੈ ਜੀ ਆਪਾਂ ਹੁਣੀ ਲਾਡੀ ਗੈਰੀ ਸਾਹਿਬ ਨੂੰ ਬੁਲਾ ਲੈਂਦੇ ਆ ਇੱਥੇ ਬੁਲਾ ਲੈਂਦੇ ਆ ਇਹਨਾਂ ਕੋ ਕੀ ਹੈਗਾ ਲਿਆ ਪਰਚਾ ਖੋਲੋ ਕੀ ਹੈਗਾ ਤੁਹਾਡਾ ਪਰਚਾ ਲਿਆਓ ਜੀ ਪਰਚਾ ਹੈਲੋ ਜੀ ਨਾਮ ਕੀ ਤੁਹਾਡਾ ਸਾਡੇ ਕੋਲ ਦਰਖਾਸਤ ਨਾਮ ਦੱਸੋ ਆਪਣਾ ਐਜ਼ ਏ ਤੁਸੀਂ ਕੀ ਲੱਗੇ ਹੋ ਵਿਦਆਊਟ ਯੂਨੀ ਹਾਂਜੀ ਯੂਨੀਫਾਰਮ ਪਾਈ ਹੋਈ ਆ ਸਾਡੇ ਅਫਸਰ ਹਾਂ ਹਾਂ ਤੁਸੀਂ ਤੁਸੀਂ ਕੀ ਲੱਗੇ ਤੁਸੀਂ ਐਜ਼ ਏ ਤੁਸੀਂ ਆ ਇਹਨਾਂ ਨੂੰ ਲੈ ਕੇ ਮੈਨੂੰ ਦਰਖਾਸਤ ਦਿਓ ਕੀ ਲੱਗੇ ਕੋਈ ਨਾ ਤੁਹਾਨੂੰ ਦਰਖਾਸਤ ਨਹੀਂ ਦੇਣੀ ਲਿਆਓ ਠੀਕ ਹੈ ਜੀ ਲਿਆਓ ਬਿਜਲੀ ਬੋਰਡ ਦੇ ਸਰਕਾਰੀ ਕਿਰਨ ਕੁਮਾਰ ਕਿਰਨ ਕੌਰ ਅੱਛਾ ਜੀ ਕਿਰਨ ਪਤਨੀ ਪ੍ਰਵੇਸ਼ ਕੁਮਾਰ ਜੀ ਠੀਕ ਹੈ ਕਹਿੰਦੇ ਨੇ ਇਹ ਜਿਹੜੇ ਨੇ ਸਾਡੇ ਰੂਪ ਲਾਲ ਜੀ ਇਹ ਉਹਨਾਂ ਦੇ ਸਾਹਮਣੇ ਘਰ ਦੇ ਵਿੱਚ ਉਹਨਾਂ ਦੀਆਂ ਗੰਦੀਆਂ ਹਰਕਤਾਂ ਕਰ ਰਹੇ ਨੇ ਉਹਨਾਂ ਨੇ ਦਰਖਾਸਤ ਪਾਈ ਉਹਦੇ ਸਬੰਧ ਵਿੱਚ ਅਸੀਂ ਆਏ ਹਾਂ ਤੁਹਾਨੂੰ ਪਤਾ ਕੇਸ ਕੀ ਹੈ ਜੀ ਇਹਨਾਂ ਨੇ 1 ਸਾਲ ਤੋਂ ਕੁੰਡੀ ਪਾਈ ਹੈ ਅਸੀਂ ਇਹਨਾਂ ਦੀ ਆਈ ਕੁੰਡੀ ਫੜੀ ਗਈ ਤਾਂ ਇਹ ਗਲਤ ਗੱਲ ਕਹਿ ਰਹੇ ਨੇ ਹੈਗੇ ਨੇ MLA ਸਾਹਿਬ ਹੈਗੇ ਨੇ ਆ ਜਾ ਚੱਲ ਆ ਵੀ ਆ ਮੇਰੇ ਮਦਰ ਨੇ ਆਪਣੇ ਇਸ ਆਈ ਦੇ ਨਾਲ ਕੀ ਨਾਮ ਸੀ ਬਾਈ ਤੇਰਾ ਅਸੀਂ ਤੁਹਾਨੂੰ ਰਿਕੁਐਸਟ ਕਰ ਰਹੇ ਆ ਵੀ ਦੇਖੋ ਜਿਹੜੀ ਗੱਲ ਹੈਗੀ ਦਰਖਾਸਤ ਆਈ ਆ ਉਹਦੇ ਸਬੰਧ ਤੁਹਾਨੂੰ ਆਣਾ ਪੈਣਾ ਨਾਮ ਕੀ ਤੁਹਾਡਾ ਯਾਰ ਇੱਕ ਵਾਰੀ ਅਮਨਦੀਪ ਹੈ ਬਾਈ ਅਮਨਦੀਪ ਜੀ ਨੇ ਮੇਰੀ ਮੰਮਾ ਦਾ ਹੱਥ ਫੜਿਆ ਠੀਕ ਹੈ ਲੇਡੀਜ਼ ਹੱਥ ਚੱਕਿਆ ਆ ਖੜੇ ਨੇ ਲੇਡੀਜ਼ ਆ ਖੜੇ ਨੇ ਇੱਕ ਆ ਰਿਹਾ ਇੱਕ ਆ ਸੁਰਜੀਤ ਸਿੰਘ ਐਸ ਆਈ ਠੀਕ ਹੈ ਜੀ ਇੱਕ ਜਨਾਨੀ ਦੇ ਕਹਿਣ ਤੇ ਆ ਗਿਆ ਇਹਨੂੰ ਇਹਦਾ ਨਹੀਂ ਪਤਾ 1 ਸਾਲ ਤੋਂ ਨੇ ਕੁੰਡੀ ਲਾਈ ਹੈ ਉਹਦਾ ਸਿਰਫ ਉਹਦੀ ਸਿਰਫ ਉਹਦੀ ਸਿਰਫ ਕੁੰਡੀ ਫੜੀ ਗਈ ਹੈ 1 ਸਾਲ ਤੋਂ ਉਹਦੀ ਕੁੰਡੀ ਫੜੀ ਹੱਥ ਫਿਰ ਉਹੀ ਗੱਲ ਹੈ ਤੁਸੀਂ ਫਿਰ ਕਹਿਣ ਦਾ ਮਤਲਬ ਲੇਡੀਜ਼ ਹੱਥ ਕਿਵੇਂ ਚੱਕਿਆ ਤੁਸੀਂ ਚਲੋ ਦੱਸੋ ਆ ਸੁਰਜੀਤ ਸਿੰਘ ਜੀ ਨੇ ਇਹਨਾਂ ਨੇ ਲੇਡੀਜ਼ ਤੇ ਹੱਥ ਚੱਕਿਆ ਠੀਕ ਹੈ ਜੀ ਘਰ ਦੇ ਅੰਦਰ ਆ ਕੇ ਬਿਲਕੁਲ ਹੱਥ ਨਹੀਂ ਚੱਕਿਆ ਦੋ ਬੰਦੇ ਨਾਲ ਲੈ ਕੇ ਆਏ ਨੇ ਆ ਫੋਨ ਲੈ ਕੇ ਆਈ ਮੜਾ
ਮਾੜਾ ਬੰਟੀ ਭਾਈ ਨੂੰ ਫੋਨ ਕਰਿਓ, ਮਾੜਾ ਕਰਿਆ ਨੀ ਆ ਖੜੇ ਨੇ ਲੇਡੀਜ਼ ਸਾਰੇ, ਠੀਕ ਹੈ ਜੀ। ਇਹ ਲੇਡੀਜ਼ ਤੇ ਹੱਥ ਚੱਕਦੇ ਆ ਕੇ ਸੁਰਜੀਤ ਜੀ, ਠੀਕ ਹੈ ਤੁਸੀਂ ਆਏ ਦਰਖਾਸਤ ਦੇ ਸੰਬੰਧੀ ਆਏ ਹੋ, ਤੁਸੀਂ ਸੈਟੀਸਫਾਈ ਕਰੋ ਹੱਥ ਤੋਂ ਉਸ ਨੂੰ। ਹਾਂ ਬਾਈ ਜੀ, ਤੁਹਾਨੂੰ ਪੂਰੀ ਗੱਲ ਪਤਾ, ਇਹਨਾਂ ਨੇ ਮੇਰੀ ਮੰਮਾ ਦਾ ਹੱਥ ਤੋੜਤਾ ਹੈ, ਠੀਕ ਹੈ ਜੀ, ਤੇ ਆ ਕੇ ਹਸਪਤਾਲ ਚ ਮਿਲਣ, ਠੀਕ ਹੈ। ਲੇਡੀਜ਼ ਨੂੰ ਲੱਤਾਂ ਮਾਰੀਆਂ ਸੁਰਜੀਤ ਸਿੰਘ, ਇਹ ਸਹੀ ਹੈ, ਸਿਰਫ 50 ਸਾਲ ਦੀ ਜਨਾਨੀ ਨੂੰ ਕਹਿੰਦੇ ਛੇੜਿਆ, ਸਿਰਫ ਕੁੰਡੀ ਫੜੀ ਗਈ, ਉਹ ਗੇਟ ਦਾ ਘੋਰੋ ਲੈ ਆਈ ਸੁਰਜੀਤ ਸਿੰਘ। ਤੇ ਆਹ ਦੇਖੋ ਜੀ MLA ਸਾਹਿਬ ਆ ਗਏ ਨੇ, ਆਹ ਮੇਰੀ ਮਦਰ ਤੇ ਇਹਨਾਂ ਨੇ ਨਾ ਇਹਨਾਂ ਨੇ ਲੱਤਾਂ ਮਾਰੀਆਂ ਹੁਣੀ। ਪਾਣੀ ਪਿਲਾ ਬਈ, MLA ਸਾਹਿਬ ਇਹਨਾਂ ਕੋਲ ਲੇਡੀਜ਼ ਪੁਲਿਸ ਨਹੀਂ ਹੈਗੀ, ਇਹਨਾਂ ਨੇ ਲੱਤਾਂ ਮਾਰੀਆਂ ਹੁਣੀ, ਮੈਟਰ ਨਹੀਂ ਹੈਗਾ ਸਾਡਾ, ਮੈਟਰ ਜੈਂਟਸ ਸੀਗਾ, ਇਹਦਾ ਜੈਂਟਸ ਨਹੀਂ ਹੈਗਾ, ਮੰਦਾ ਕਰੀ ਪੁਲਿਸ ਇੱਕ ਹੱਥੋਂ ਪਾਈ ਹੋ ਰਹੀ ਸੁਰਜੀਤ ਸਿੰਘ, ਠੀਕ ਹੈ ਜੀ, ਇਹਨੇ ਲੱਤ ਮਾਰੀ ਆ, 20 ਬੰਦੇ ਗਵਾਹ ਨੇ, MLA ਸਾਹਿਬ ਖੜੇ ਨੇ, MLA ਸਾਹਿਬ ਖੜੇ ਨੇ ਜੀ, ਇਹਨਾਂ ਨੇ ਇੱਕ ਸਾਲ ਦੀ ਕੁੰਡੀ ਪਾਈ, ਇਹਨਾਂ ਦੀ ਕੁੰਡੀ ਫੜੀ ਗਈ, ਤਾਂ ਕਰਕੇ ਇੱਕ ਰੇਟ ਕੱਢ ਰਹੀ। ਆਪਾਂ ਦੱਸੋ 60 ਸਾਲ ਦੀ ਨਾਨੀ ਛੇੜੇਗਾ ਕੋਈ? ਆ ਗਈ, ਤੁਸੀਂ ਸੁਣਿਆ, ਸਿੱਧਾ ਲੇਡੀਜ਼ ਨੂੰ ਹੱਥ ਪਾਇਆ, ਆ ਇੱਕ ਬੰਦਾ ਆ, ਇਹਨੇ ਲੇਡੀਜ਼ ਨੂੰ ਹੱਥ ਪਾਇਆ, MLA ਸਾਹਿਬ ਆ ਗਏ ਨੇ, ਠੀਕ ਹੈ ਜੀ। ਬਈ ਆਪਦਾ ਨਾਂ ਦੱਸੀ ਦੁਬਾਰਾ, MLA ਸਾਹਿਬ ਆਏ ਨੇ, ਨਾਂ ਦੱਸ, ਆਇਆ ਇੱਧਰ ਆ ਬਾਈ। ਸਰ ਜੀ ਇਹਨਾਂ ਨੇ ਹੱਥ ਫੜਿਆ ਪਹਿਲਾਂ ਘੁੱਟ ਕੇ, ਆ ਗਿਆ BP ਸ਼ੂਗਰ ਦੀ ਉਮਰੀ, ਇਹਨੂੰ ਪੁੱਛਿਓ ਐਜ਼ ਇਨ ਬਗੈਰ ਵਰਦੀ ਤੋਂ, ਇਹਨਾਂ ਦਾ ਨਾਂ ਪੁੱਛੋ ਕੌਣ ਹੈ, ਇਹਨੂੰ ਫੜਿਆ ਜੀ, ਇਹ ਛਡਾਣ ਲੱਗ ਪਿਆ, ਇਧਰ ਬਹਿ ਕੇ ਗੱਲ ਕਰ ਰਿਹਾ, ਇਹ ਬਹੁਤ ਜ਼ਿਆਦਾ ਨੇ, ਇੱਦਾਂ ਇੱਦਾਂ ਗੱਲ ਕੀਤੀ ਹੈ, ਖਾਣੇ ਦੇ ਵਾਸਤੇ ਨਹੀਂ ਕਰਦਾ, ਆਪਣੀ ਵਰਦੀ ਦੀ ਕਿੱਥੇ ਖਾਇਆ, ਇੱਦਾਂ ਗੱਲ ਕੀਤੀ ਹੈ, ਆ ਤੁਹਾਡੇ ਸਾਹਮਣੇ ਕੀ ਬੋਲੀ ਜਾਂਦੀ ਹੈ, ਨਾਲ ਗੱਲ ਕਰਾਂਗੇ ਤਾਂ ਫੇਰ ਹੀ ਗੱਲ ਹੋਊਗੀ ਨਾ। ਸਰ ਜੀ ਗਲੀ ਦੇ ਵਿੱਚ ਲੱਤ ਮਾਰੀ ਇਹਨਾਂ ਨੇ, ਕੀ ਮਤਲਬ ਆਉਂਦਾ ਆ ਦੇਖੋ ਤੁਸੀਂ, ਆ ਦੇਖੋ ਤੁਸੀਂ ਦੱਸੋ, ਸਰ ਜੀ ਤੁਸੀਂ ਤੁਸੀਂ ਦੱਸੋ ਜੀ, ਵੀਡੀਓ ਪੜੀ ਹੈ, MLA ਸਾਹਿਬ ਤੁਸੀਂ ਦੱਸੋ, ਲੇਡੀਜ਼ ਨੂੰ ਲੱਤ ਮਾਰਨ ਦਾ ਹੱਕ ਬਣਦਾ? ਪਹਿਲਾਂ ਇਹਨਾਂ ਨੇ ਹੱਥ ਫੜਿਆ, ਆ ਆਏ ਨੇ, ਫਿਰ ਇਹਨਾਂ ਨੇ ਹੱਥ ਮਾਰੀ, MLA ਸਾਹਿਬ ਤੁਸੀਂ ਦੱਸੋ, ਇਹ ਕਿਹੜਾ ਟੁੱਕ ਮਨੇ, ਤੂੰ ਤਾਂ ਕੁਝ ਬੋਲ ਹੀ ਨਹੀਂ ਰਿਹਾ, ਹਾਂ ਤੂੰ ਦੱਸ, ਹਾਂ ਅਮਰ ਤੂੰ ਹੈ, ਗਲਤ ਗੱਲ ਨਹੀਂ ਕਰਨੀ, ਦੇਖੋ ਜਿਹੜੀ ਤੁਹਾਨੂੰ ਅਸੀਂ ਕੁਝ ਨਹੀਂ ਕਿਹਾ, ਤੁਸੀਂ ਜਿਹੜੇ ਬੰਦਿਆਂ ਨਾਲ, ਆ ਖੜੀ ਸਾਰੀ ਪਬਲਿਕ, ਆ ਦੇਖੋ ਲੱਤ ਕਿੰਨੇ ਮਾਰੀ, ਤਾਂ ਹੱਥ ਕਿਉਂ ਫੜਿਆ ਬਾਈ, ਆ ਖੜੀ ਲੇਡੀਜ਼ ਬਾਈ, ਠੀਕ ਹੈ, ਲੇਡੀਜ਼ ਪੁਲਿਸ ਲੈ ਕੇ ਆ। ਅੱਜ ਸਾਡੇ ਘਰੇ ਸ਼ਾਮੀ 5 ਵਜੇ ਤੋਂ ਬਾਅਦ ਪੁਲਿਸ ਵਾਲੇ ਅੰਦਰ ਵੜ ਗਏ ਆ, ਤੇ ਉਹਨਾਂ ਨੇ ਮੇਰੀ ਮੰਮੀ ਨੂੰ ਮਾਰਿਆ, ਉਹਨਾਂ ਨੇ ਪਹਿਲੇ ਬਾਂਹ ਮਰੋੜੀ, ਉਹਨਾਂ ਦੀ ਬਾਂਹ ਟੁੱਟ ਗਈ ਆ, ਤੇ ਉਹ ਲੱਤਾਂ ਵੀ ਮਾਰੀਆਂ ਉਹਨਾਂ ਨੂੰ, ਤੇ ਘਰੇ ਆ ਕੇ ਵਾਧੂ ਬੋਲੇ ਵਾਲੇ ਗਾਲਾਂ ਗੁਲਾਂ ਵੀ ਕੱਢੀਆਂ, ਤੇ ਸਾਹਮਣੇ ਵਾਲਿਆਂ ਨਾਲ ਕੋਈ ਕੁੰਡੀ ਦਾ ਝਗੜਾ ਸੀਗਾ ਉਹਨਾਂ ਦਾ, ਇਸ ਕਰਕੇ ਲੜਾਈ ਹੋਈ ਹੈ। ਅਸੀਂ ਇਹੀ ਮੰਗ ਕਰਦੇ ਹਾਂ ਕਿ ਵੀ ਹੁਣ ਥਾਣਾ ਕੁਲਗੜੀ ਤੋਂ ਇਹ ਸੁਰਜੀਤ ASI ਦੀ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ। ਇਹ ਆਪਣੇ ਨਾ ਅੱਜ 5 ਵਜੇ ਤੋਂ ਬਾਅਦ ਪੁਲਿਸ ਆਈ ਘਰੇ ਆਪਣੇ, ਅਤੇ ਆਪਣਾ ਰੌਲਾ ਸਿਰਫ ਗੁਆਂਢੀਆਂ ਦਾ ਮਾੜਾ ਮੋਟਾ ਬਿਜਲੀ ਦਾ ਸੀਗਾ ਜੀ, ਉਹਨਾਂ ਨੇ ਕੋਈ ਕੁੰਡੀ ਪਾਈ ਸੀ, ਉਹਨਾਂ ਦੀ ਕੁੰਡੀ ਫੜੀ ਗਈ, ਤਾਂ ਉਹਨਾਂ ਦੇ ਕਹਿਣ ਦਾ ਮਤਲਬ ਰੜਕ 'ਚ ਆ ਕੇ ਉਹਨਾਂ ਨੇ ਪੁਲਿਸ ਭੇਜਤੀ, ਬਟ ਉਹਨਾਂ ਕੋਲ ਲੇਡੀਜ਼ ਪੁਲਿਸ ਸੀਗੀ ਕੋਈ ਨਹੀਂ, ਅਤੇ ਉਹਨਾਂ ਨੇ ਆ ਕੇ ਮੇਰੀ ਮਾਤਾ ਸੁਨੀਤਾ ਦੇ ਪਹਿਲਾਂ ਹੱਥ ਫੜਿਆ, ਉਹ ਹੈਗੇ ਆਪਣੇ BP ਸ਼ੂਗਰ ਦੇ ਪੇਸ਼ੈਂਟ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਆ ਕੇ ਉਹਦੇ ਲੱਤ ਮਾਰੀ ਹੈ, ਬਕਾਇਦਾ ਮੇਰੇ ਕੋਲ ਵੀਡੀਓ ਹੈ, ਸੁਰਜੀਤ ਸਿੰਘ ASI ਉਹਦੇ ਨਾਲ 2 ਬੰਦੇ ਆਏ ਵਿਦਆਊਟ ਯੂਨੀਫੋਰਮ 'ਤੇ, ਠੀਕ ਹੈ ਜੀ। ਅਤੇ ਕਹਿਣ ਦਾ ਮਤਲਬ ਹੁਣ ਮੇਰੀ ਮਾਤਾ ਸੀਰੀਅਸ ਨੇ, ਆਪਣੇ ਇੱਥੇ ਸਿਵਲ ਹਸਪਤਾਲ 'ਚ ਭਰਤੀ ਨੇ।
ਠੀਕ ਹੈ ਜੀ। ਮੰਗ ਕਰਦੇ ਜੀ ਆਪਣੇ ਦੋਸ਼ੀਆਂ ਨੂੰ ਫੜਿਆ ਜਾਵੇ ਅਤੇ ਕੜੀ ਤੋਂ ਕੜੀ ਕਾਰਵਾਈ ਆਪਣੇ ਕੀਤੀ ਜਾਵੇ ਜੋ ਵੀ ਕੀਤੀ ਜਾ ਸਕਦੀ। ਹਾਂਜੀ ਦੱਸਿਆ ਜੀ ਆਪਣੇ ਸਾਹਮਣੇ ਵਾਲਿਆਂ ਨੇ ਨਾ ਮਤਲਬ ਅੱਜ ਕੱਲ੍ਹ ਮੀਟਰ ਨਹੀਂ ਲੱਗਦੇ ਪਏ ਜੀ, ਨਾ ਐੱਨ ਓ ਸੀ ਦਾ ਕੋਈ ਰੌਲਾ ਹੈ ਅਤੇ ਉਹਨਾਂ ਦੇ ਘੱਟੋ ਘੱਟ ਮੇਰੇ ਖਿਆਲ ਸਾਲ ਡੇਢ ਸਾਲ ਦੇ ਤਰਪੇ ਕੁੰਡੀ ਚੱਲਦੀ ਪਈ ਹੈ ਅਤੇ ਉਹਨਾਂ ਦੀ ਕੁੰਡੀ ਫੜੀ ਗਈ, ਉਹਨਾਂ ਨੂੰ 10-20 ਹਜ਼ਾਰ ਰੁਪਏ ਜੁਰਮਾਨਾ ਪਿਆ ਨਾ, ਉਹਨਾਂ ਨੂੰ ਇਹ ਲੱਗਦਾ ਕਿ ਕੁੰਡੀ ਆਪਾਂ ਫੜਾਈਏ। ਹਾਲਾਂਕਿ ਉਹਨਾਂ ਨੂੰ ਇੱਕ ਆਪਣੀ ਬਿਜਲੀ ਬੋਰਡ 'ਚ ਲੈਟਰ ਹੈਗੀ ਹੈ, ਉਹ ਕਿਸੇ ਮੈਡਮ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਮੇਰੀ ਤਾਰ 'ਚ ਕੁੰਡੀ ਕਿਉਂ ਪਾਈਏ। ਮੈਟਰ ਸਾਰਾ ਇਹ ਹੈ, ਉਹਨਾਂ ਨੂੰ ਸਾਡੇ 'ਤੇ ਰੌਲਾ ਸੀਗਾ, ਅਸੀਂ ਕਹਿ ਵੀ ਦਿੱਤਾ ਕਿ ਸਾਡੇ ਕੋਲ ਐਪਲੀਕੇਸ਼ਨ ਹੈ ਜਿੰਨੇ ਤੁਹਾਡੀ ਬਿਜਲੀ ਬੋਰਡ 'ਚ ਲੈਟਰ ਪਾਈ ਹੈ, ਠੀਕ ਹੈ ਜੀ। ਅਤੇ ਕਹਿਣ ਦਾ ਮਤਲਬ ਹੈ ਕੱਲ੍ਹ ਫਿਰ ਉਹਨਾਂ ਨੇ ਕੋਈ ਬਿਜਲੀ ਦੀ ਹਰਕਤ ਕਰਦੇ ਪਏ, ਉਸ ਚੱਕਰ 'ਤੇ ਬਸ ਉਹ ਲੜਾਈ ਨੂੰ ਉਹ ਦੂਸਰਾ ਰੂਪ 'ਚ ਲੈਣਾ ਚਾਹੁੰਦੇ। ਉਸ ਤੋਂ ਬਾਅਦ ਕਹਿੰਦੇ ਕਿ 50 ਸਾਲ ਦੀ ਜਨਾਨੀ ਹੈ, ਬਾਪੂ ਮੇਰਾ 58 ਸਾਲ ਦਾ, ਉਹਨਾਂ ਨੂੰ ਕਹਿੰਦੇ ਅੱਖ ਮਾਰੀ ਜਾਂ ਛੇੜਿਆ, ਇਹ ਗੱਲ 'ਤੇ ਸਾਰਾ ਰੌਲਾ ਹੈ ਅਤੇ ਉਹਨਾਂ ਨੇ ਪੁਲਿਸ ਭੇਜੀ ਹੈ, ਉਹਦੇ ਨਾਲ ਲੇਡੀਜ਼ ਪੁਲਿਸ ਸੀਗੀ ਨਹੀਂ ਅਤੇ ਉਹਨਾਂ ਨੇ ਕਹਿਣ ਦਾ ਮਤਲਬ ਲੱਤ ਮਾਰੀ ਹੈ। ਸੁਰਜੀਤ ਸਿੰਘ ਇਸ ਸਹੀ, ਉਹਦੇ ਨਾਲ 2 ਬੰਦੇ ਆਏ ਆ, ਕਹਿੰਦੇ ਨੇ ਅਸੀਂ ਕੁਲਗੜੀ ਥਾਣੇ ਤੋਂ ਆਏ ਨੇ, ਠੀਕ ਹੈ ਜੀ। ਹਾਂਜੀ।